ਸਭ ਤੋਂ ਪਹਿਲਾਂ ਸਾਰੇ ਹੀ ਸਤਿਕਾਰਯੋਗ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਕਸਰ ਹੀ ਜੇਕਰ ਆਪਾਂ ਆਪਣੇ ਆਲੇ ਦੁਆਲੇ ਰਿਸ਼ਤੇਦਾਰੀ ਦੇ ਵਿੱਚ ਪਿੰਡ ਦੇ ਵਿੱਚ ਆਂਢ ਗੁਆਢ ਦੇ ਵਿੱਚ ਨਿਗਾਹ ਮਾਰੀਏ ਤਾਂ ਸੁਭਾਵਿਕ ਜੀ ਗੱਲ ਹੈ ਕਿ ਸਾਨੂੰ ਕੋਈ ਨਾ ਕੋਈ ਲੜਾਕੂ ਜੇ ਸੁਭਾਅ ਦੀ ਜਨਾਨੀ ਜ਼ਰੂਰ ਮਿਲ ਜਾਂਦੀ ਹੈ ਤੇ ਜਿਹੜਾ ਲੜਾਕਾ ਦਾ ਸੁਭਾਣ ਹੈ ਸਾਨੂੰ ਪੰਜਾਬੀਆਂ ਨੂੰ ਸੱਭਿਆਚਾਰ ਦੇ ਵਿੱਚ ਵਿਰਾਸਤ ਦੇ ਵਿੱਚ ਮਿਲਿਆ ਹੋਇਆ ਤੇ ਅੱਜ ਮੈਂ ਤੁਹਾਨੂੰ ਇੱਕ ਲੜਾਕੂ ਜੇ ਸੁਭਾਅ ਦੀ ਕੁੜੀ ਦੀ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ ਉਸ ਲੜਾਕੇ ਜੇ ਸੁਭਾਅ ਦੀ ਕੁੜੀ ਦਾ ਨਵਾਂ ਨਵਾਂ ਵਿਆਹ ਹੋਇਆ ਤੇ ਸੁਭਾਅ ਦੇ ਮੁਤਾਬਕੀ ਉਹਨੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਆਪਣੇ ਸਹੁਰੇ ਘਰੇ ਲੜੋ ਲੜਾਈ ਕਰਨੀ ਸ਼ੁਰੂ ਕਰਤੀ ਸਹੁਰੇ ਪਰਿਵਾਰ ਨਾਲ ਰੁੱਸ ਕੇ ਆਪਣੇ ਪੇਕੇ ਘਰ ਵਾਪਸ ਆ ਗਈ ਚਲੋ ਵਿਚੋਲਣ ਨੂੰ ਸੱਦਿਆ ਗਿਆ ਵਿਚੋਲੇ ਨੂੰ ਸੱਦਿਆ ਗਿਆ ਇੱਕ ਫਿਰ ਤੋਂ ਰਾਜੀਨਾਮਾ ਕਰਕੇ ਉਹਨੂੰ ਫਿਰ ਤੋਂ ਆਪਣੇ ਸਹੁਰੇ ਘਰ ਵਾਪਸ ਤੋਰ ਦਿੱਤਾ ਗਿਆ 2 ਮਹੀਨੇ ਲੰਗੇ 4 ਮਹੀਨੇ ਲੰਗੇ ਫਿਰ ਤੋਂ ਸੱਸ ਸੋਹਰੇ ਨਾਲ ਲੜ ਕੇ ਆਪਣੇ ਪੇਕੇ ਘਰ ਵਾਪਸ ਆ ਗਈ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਹੋਈਆਂ ਪੰਚਾਇਤਾਂ ਨੇ ਰਾਜੀਨਾਮਾ ਕਰਵਾ ਕੇ ਉਸ ਨੂੰ ਫੇਰ ਆਪਣੇ ਸੋਹਰੇ ਘਰ ਵਾਪਸ ਤੋਰਤਾ ਚਲੋ ਜੀ ਸਾਲ ਲੰਘ ਗਿਆ سلسلہ ਚੱਲਦਾ ਰਿਹਾ 10 ਦਿਨ ਉਹ ਆਪਣੇ ਸੋਹਰੇ ਘਰ ਰਹਿੰਦੀ 2 ਮਹੀਨੇ ਪੇਕੇ ਲੌਂਦੀ 10 ਦਿਨ ਸੋਹਰੇ ਘਰ ਰਹਿੰਦੀ 2 ਮਹੀਨੇ ਪੇਕੇ ਲੌਂਦੀ ਤੇ ਅਖੀਰ ਦੇ ਵਿੱਚ ਅੱਕ ਕੇ ਸਾਰੇ ਪਰਿਵਾਰ ਨੇ ਹੱਥ ਖੜੇ ਕਰਤੇ ਵੀ ਸਾਥ ਹੋਣੀ ਥੋੜੀ ਕੁੜੀ ਦੇ ਨਾਲ ਪੂਰਾ ਆਈ ਦਾਗਾ ਸਾਡੇ ਨਾਲ ਤਾਂ ਗੱਲ ਮਕਾਲੋ ਫਿਰ ਪੰਚਾਇਤਾਂ ਹੋਈਆਂ ਤੇ ਤਲਾਕ ਹੋ ਗਿਆ ਗਲਤ ਤਲਾਕ ਤੇ ਮੁੱਕ ਗਈ ਚਲੋ 6 ਮਹੀਨੇ ਲੰਗੇ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਚਰਚਾ ਹੋਣ ਲੱਗੀ ਕਿ ਹੁਣ ਕੁੜੀ ਨੂੰ ਕਿਸੇ ਹੋਰ ਥਾਂ ਤੋਰਿਆ ਜਾਵੇ ਇਸ ਦਾ ਦੂਜਾ ਵਿਆਹ ਕੀਤਾ ਜਾਵੇ ਰਿਸ਼ਤਾ ਰੁਸ਼ਤਾ ਪਾਲਣ ਲੱਗੇ ਚਲੋ ਰਿਸ਼ਤਾ ਹੋ ਗਿਆ ਤੇ ਫਿਰ ਉਹੀ ਵਾਹਾਂ ਉਹੀ ਕਹਾੜੀ ਉਹੀ ਲੜੋ ਲੜਾਈ 10 ਦਿਨ ਸੋਹਰੇ ਕਰ 20 ਦਿਨ ਪਕੇ ਕਰ 10 ਦਿਨ ਸੋਹਰੇ ਕਰ 20 ਦਿਨ ਪਕੇ ਕਰ ਤੇ ਅਖੀਰ ਦੇ ਵਿੱਚ ਅੱਕ ਕੇ ਉੱਥੇ ਵੀ ਸੋਹਰੇ ਪਰਿਵਾਰ ਨੇ ਹੱਥ ਖੜੇ ਕਰਤੇ ਰਿਸ਼ਤੇਦਾਰਾਂ ਨੇ ਵੀ ਹੱਥ ਖੜੇ ਕਰਤੇ ਪੰਚਾਇਤਾਂ ਨੇ ਵੀ ਹੱਥ ਖੜੇ ਕਰਤੇ ਮਾਂ ਪਿਓ ਨੇ ਵੀ ਹੱਥ ਖੜੇ ਕਰਤੇ ਤੇ ਉਹੀ ਲੜੋ ਲੜਾਈ ਥਾਣੋ ਥਾਣੀ ਪੰਚਾਇਤੋਂ ਪੰਚਾਈਤੀ ਹੋ ਕੇ ਅਖੀਰ ਤੇ ਗੱਲ ਫੇਰ ਮੁੱਕ ਗਈ ਤਲਾਕ ਤੇ ਤੇ ਕੁੜੀ ਦਾ ਸਮਾਨ ਵਾਪਸ ਚੱਕ ਲੈ ਜਾਂਦਾ ਚਲੋ ਜੀ ਫੇਰ ਸਾਲ ਕਟਪਿਆ ਫੇਰ ਤੋਂ ਚਰਚਾ ਹੋਣ ਲੱਗੀ ਰਿਸ਼ਤੇਦਾਰਾਂ ਤੇ ਪਰਿਵਾਰ ਦੇ ਵਿੱਚ ਗੱਲ ਚੱਲੀ ਕਿ ਹੁਣ ਫੇਰ ਕੁੜੀ ਨੂੰ ਕਿਸੇ ਥਾਂ ਤੋਰਿਆ ਜਾਵੇ ਕੁੜੀ ਦੇ ਜਿਹੜੇ ਤੀਜੇ ਵਿਆਹ ਦੀ ਤਿਆਰੀ ਕੀਤੀ ਜਾਵੇ ਰਿਸ਼ਤੇਦਾਰਾਂ ਨੂੰ ਥਾਂ ਭਾਲਣ ਦੇ ਲਈ ਕਿਹਾ ਗਿਆ ਥਾਂ ਥੂ ਭਾਲਦਿਆਂ ਨੂੰ ਕੋਈ ਥਾਂ ਵੀ ਲੱਭ ਗਿਆ ਕੁੜੀ ਦਾ ਵਿਆਹ ਵੀ ਬਣ ਤਾ ਜਦੋਂ ਵਿਆਹ ਆਲਾ ਦੇਣਾ ਗਿਆ ਤਾਂ ਮਾਂ ਪਿਓ ਨੇ ਆਪਣੀ ਕੁੜੀ ਨੂੰ ਕਿਹਾ ਕਿ ਆ ਬੰਨੇ ਤੇਰੇ ਅੱਗੇ ਹੱਥ ਹੁਣ ਮੁੜ ਕੇ ਸਾਡੇ ਕੋਲ ਵਾਪਸ ਨਾ ਆਈ ਤੁਸੀਂ ਲੜੋ ਤੁਸੀਂ ਮਰੋ ਤੁਸੀਂ ਵਸੋ ਪਰ ਸਾਡੇ ਕੋਲ ਇੱਥੇ ਵਾਪਸ ਨਹੀਂ ਆਉਣਾਗਾ ਚਲੋ ਕੁੜੀ ਦਾ ਵਿਆਹ ਹੋ ਗਿਆ ਉਹੀ ਸੁਭਾਅ ਦੇ ਮੁਤਾਬਕ 10 ਦਿਨਾਂ ਬਾਅਦ ਫੇਰ ਸਹੁਰੇ ਘਰ ਲੜੋ ਲੜਾਈ ਸਵੇਰੇ ਸ਼ਾਮ ਸੱਸ ਸਹੁਰੇ ਨੂੰ ਗਾਲਾਂ ਤੜਕੇ ਉੱਠਦੇ ਸਾਰੀ ਭਾਂਡੇ ਭੰਨਣ ਲੱਗ ਜਾਣਾ ਮੱਝ ਨੂੰ ਕੁੱਟਤਾ ਕੱਟੇ ਨੂੰ ਕੁੱਟਤਾ ਤੇ ਪੇਕਿਆਂ ਨੇ ਵੀ ਕਿਹਾ ਹੋਇਆ ਸੀਗਾ ਕਿ ਵਾਪਸ ਸਾਡੇ ਕੋਲੇ ਨਹੀਂ ਆਉਣਾ ਉਹੀ ਕਲੇਸ਼ ਕਰਦੇ ਵਿੱਚ ਫਿਰ ਤੋਂ ਸ਼ੁਰੂ ਹੋ ਗਿਆ ਉਸਦੇ ਘਰ ਵਾਲਾ ਬੜਾ ਸ਼ਰੀਫ ਜਾਂ ਆਦਮੀ ਸੀ ਇੱਕ ਦਿਨ ਬੜਾ ਉਦਾਸੀਆ ਜਾਂ ਖੇਤਾਂ ਦੇ ਵਿੱਚ ਬੈਠਾ ਸੀ ਤਾਂ ਉਸਦੇ ਇੱਕ ਕੋਲੋਂ ਲੰਘਦੇ ਯਾਰ ਦੋਸਤ ਨੇ ਉਹਨੂੰ ਪੁੱਛਿਆ ਵੀ ਕੀ ਹਾਲ ਐ ਬੜਾ ਉਦਾਸੀਆ ਜਾਂ ਬੈਠਾ ਐ ਉਹ ਕਹਿੰਦਾ ਕੀ ਗੱਲ ਦੱਸਾਂ ਯਾਰ ਇੱਥੋਂ ਥੱਕੇ ਟੁੱਟੇ ਖੇਤੋਂ ਕੰਮ ਕਰਕੇ ਘਰੇ ਜਾਈਦਾ ਤੇ ਅੱਗੋਂ ਤੇਰੀ ਭਾਬੀ ਖਾਣ ਵਾਲੇ ਖਾਣ ਵਾਲਿਆਂ ਵਾਂਗੂ ਪੈਂਦੀ ਆ ਉਹੀ ਗਾਲਾਂ ਕੱਢਦੀ ਆ ਘਰੇ ਕਲੇਸ਼ ਐ ਬੇਬੇ ਬਾਪੂ ਨੂੰ ਗਾਲਾਂ ਕੱਢਦੀ ਆ ਮੱਝ ਨੂੰ ਕੁੱਟਦਾ ਕੱਟੇ ਦੇ ਸੋਟੀ ਮਾਰੀ ਮੈਂ ਬੜਾ ਤੰਗ ਬੜਾ ਪਰੇਸ਼ਾਨ ਐ ਤੇ ਉਹਨੇ ਆਪਣੀ ਸਾਰੀ ਗੱਲਬਾਤ ਆਪਣੇ ਦੋਸਤ ਨੂੰ ਦੱਸੀ ਤੇ ਉਹਦਾ ਦੋਸਤ ਕਹਿੰਦਾ ਕਿ ਲੈ ਇਹ ਕਿੱਡੀ ਕਵੱਡੀ ਗੱਲ ਐ ਉਹ ਆਪਣੇ ਪਿੰਡ 'ਚ ਹੈਗਾ ਨਾ ਤਾਇਆ ਮੱਗਰ ਸਿੰਘ ਤੂੰ ਉਹਦੇ ਕੋਲ ਜਾ ਉਹਨੂੰ ਜਾ ਕੇ ਆਪਣੀ ਸਾਰੀ ਗੱਲਬਾਤ ਦੱਸੋ ਤੈਨੂੰ ਤੇਰਾ ਜਰੂਰ ਹੱਲ ਕਰੂਗਾ ਮਸਲੇ ਦੀ ਤੈਨੂੰ ਜਰੂਰ ਕੋਈ ਸਲਾਹ ਦੇਊਗਾ ਕੋਈ ਜਰੂਰ ਸਜਾ ਦੇਊਗਾ ਬਸ ਸੁਣਨ ਦੀ ਧੀਰ ਸੀ ਉਹ ਤਾਂ ਉਹਦੇ ਘਰਾਂ ਵਾਲਾ ਤਾਂ ਹੋ ਗਿਆ ਡੰਡੋ ਡੰਡੀ ਸਿੱਧਾ ਗਿਆ ਤਾਂ ਇਹ ਮੱਗਰ ਸਿੰਘ ਦੇ ਘਰੇ ਤੇ ਜੋ ਹੀ ਤਾਂ ਇਹ ਮੱਗਰ ਸਿਉਨੇ ਵੀ ਉਹਨੂੰ ਆਉਂਦਾ ਦੇਖਿਆ ਕਹਿੰਦਾ ਆ ਜਾ ਸ਼ੇਰਾ ਕਿਵੇਂ ਬੜਾ ਢਿੱਲਾ ਜਾ ਲੱਗਦਾ ਕੀ ਗੱਲ ਹੋ ਗਈ ਤੇ ਉਹਨੇ ਤਾਂ ਇਹ ਮੱਗਰ ਸਿਉਨੂੰ ਵੀ ਸਾਰੀ ਗੱਲਬਾਤ ਦੱਸੀ ਤੇ ਮੁਰੋ ਤਾਂ ਇਹ ਮੱਗਰ ਸਿਉ ਕਹਿੰਦਾ ਤਾਂ ਮਸਲਾ ਹੀ ਬੜਾ ਛੋਟਾ ਇਹ ਤਾਂ ਗੱਲ ਹੀ ਬੜੀ ਛੋਟੀ ਆ ਉਹ ਕਹਿੰਦਾ ਤਾਂ ਇਹ ਫਿਰ ਦੱਸ ਕੋਈ ਹੱਲ ਦੱਸੇ ਗੱਲ ਦਾ ਉਹ ਕਹਿੰਦਾ ਬਸ ਤੂੰ ਉਹਨੂੰ ਘਰ ਦੀ ਪ੍ਰਧਾਨ ਬਣਾ ਦੇ ਤੇ ਉਹ ਕਹਿੰਦਾ ਪ੍ਰਧਾਨ ਮਤਲਬ ਕਹਿੰਦਾ ਸਾਰੀ ਕਬੀਲਦਾਰੀ ਤੂੰ ਕਰਦੀ ਉਹਨੂੰ ਦੇ ਦੇ ਚਲੋ ਜੀ ਉੱਥੋਂ ਇੱਕ ਸਿੱਧਾ ਕਰਿਆ ਆ ਆ ਕੇ ਉਹਨੂੰ ਕਹਿੰਦਾ ਕਿ ਅੱਜ ਤੋਂ ਬਾਅਦ ਤੂੰ ਘਰ ਦੀ ਪ੍ਰਧਾਨ ਸਾਰੀ ਘਰ ਦੀ ਕਬੀਲਦਾਰੀ ਤੇਰੇ ਕੋਲੇ ਘਰੇ ਜੋ ਵੀ 5 1000 ਰੁਪਇਆ ਟਕਾ ਸਿਓ ਵੀ ਚੱਕ ਕੇ ਉਹਨੂੰ ਫੜਾਤਾ ਦੇ ਉਸ ਤੋਂ ਬਾਅਦ ਦੇਖੋ ਜਿਹੜੇ ਘਰ ਦੇ ਵਿੱਚ ਤਿੰਨ ਤਿੰਨ ਵਾਰੀ ਜਿਹੜੇ ਭਾਂਡੇ ਪੰਨੇ ਜਾਂਦੇ ਸੀ ਉਹੀ ਭਾਂਡੇ ਦਿਨ ਚ ਤਿੰਨ ਤਿੰਨ ਵਾਰੀ ਉਹ ਧੋਈ ਜਾਵੇ ਜਿਹੜੇ ਮੱਝਾਂ ਕੱਟਿਆਂ ਨੂੰ ਡਾਂਗਾ ਪੈਂਦੀਆਂ ਸੀ ਉਹਨਾਂ ਨੂੰ ਦਿਨ ਚ ਦੋ ਦੋ ਵਾਰੀ ਦਾਣਾ ਤਿੰਨ ਤਿੰਨ ਵਾਰੀ ਨਵਾਈ ਜਾਵੇ ਜਿਹੜੇ ਬਾਪੂ ਬੇਬੇ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੂੰ ਹੁਣ ਬੇਬੇ ਜੀ ਬਾਪੂ ਜੀ ਹੁੰਦੀ ਹੋਵੇ ਤੇ ਘਰ ਦੇ ਵਿੱਚ ਪੂਰੀ ਸ਼ਾਂਤੀ ਪੂਰਾ ਸੁਨਸਨਾਟ ਆਂਡ ਗਵਾਂਡ ਵੀ ਬੜਾ ਹੈਰਾਨ ਪਰੇਸ਼ਾਨ ਵੀ ਘਰ ਦੇ ਵਿੱਚ ਇੰਨਾ ਸੁਨਸਨਾਟਾ ਕਿਵੇਂ ਆ ਤੇ ਇੱਕ ਦਿਨ ਉਸਦੇ ਘਰਾਂ ਵਾਲਾ ਜਾਵੇ ਬੜਾ ਖੁਸ਼ੀ-ਖੁਸ਼ੀ ਖੇਤ ਨੂੰ ਤੇ ਅੱਗੋਂ ਤਾਇਆ ਮੱਗਰ ਸਿੰਘ ਵੀ ਟੱਕਰ ਗਿਆ ਕਹਿੰਦਾ ਕਿਵੇਂ ਆ ਸ਼ੇਰਾ ਬੜੇ ਦਿਨ ਹੋ ਗਏ ਟੱਕਰਿਆ ਨਹੀਂ ਘਰੇ ਸਾਰੀ ਸੁੱਖ ਸ਼ਾਂਤੀ ਤਾਂ ਹੈ ਤਾਂ ਉਹਦੇ ਘਰਾਂ ਵਾਲਾ ਕਹਿੰਦਾ ਤਾਇਆ ਤੇਰਾ ਆਈਡੀਆ ਤਾਂ ਕੰਮ ਕਰ ਗਿਆ ਹੁਣ ਤਾਂ ਘਰੇ ਸੁੱਤੀ ਗੰਗਾ ਵਸਦੀ ਐ ਉਹ ਕਹਿੰਦਾ ਅੱਗੋਂ ਤਾਇਆ ਮੱਗਰ ਸਿੰਘ ਵੀ ਦਾੜੀ 'ਚ ਹੱਥ ਮਾਰ ਕੇ ਕਹਿੰਦਾ ਨਾ ਪੁੱਤ ਐਵੇਂ ਨਹੀਂ ਚਿੱਟੇ ਹੋਏ ਅਸੀਂ ਵੀ ਪੂਰੀ ਦੁਨੀਆ ਦੇਖੀ ਆ ਅਸੀਂ ਵੀ ਉਮਰ ਹੰਡਾਈ ਆ ਕਿ ਨਾ ਮਸਲਾ ਹੀ ਸਾਰਾ ਪ੍ਰਧਾਨਗੀ ਦਾ ਸੀ ਤੇ ਉਹ ਹੁਣ ਮੁੱਕ ਗਿਆ ਘਰੇ ਤਾਂ ਸ਼ਾਂਤੀ ਰਹਿਣੀ ਹੈ ਚਲੋ ਛੱਡੋ ਆਪਾਂ ਤਾਂ ਗੱਲ ਹੋ ਰਹੀ ਪਾਸੇ ਨੂੰ ਲੈ ਗਏ ਮੈਂ ਤਾਂ ਬਸ ਨਵਜੋਤ ਸਿੰਘ ਸਿੱਧੂ ਜੀ ਨੂੰ ਪ੍ਰਧਾਨ ਬਣਨ ਦੀਆਂ ਵਧਾਈਆਂ ਦੇਣੀਆਂ ਸੀ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ بڑا ਰੌਲਾ ਚੱਲ ਰਿਹਾ ਸੀਗਾ ਉਹਦੇ ਵਿੱਚ ਮੈਂ ਵੀ ਲੇਟ ਹੋ ਗਈ ਸੋ ਨਵਜੋਤ ਸਿੰਘ ਸਿੱਧੂ ਅੰਕਲ ਜੀ ਨੂੰ ਪ੍ਰਧਾਨ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ